ਸ਼ੌਕ ਕਰ ਦਿੱਤੇ ਹੁੰਦੇ ਆ, ਜਿਵੇਂ ਟਰੈਕਟਰ ਦੇ ਹਾਂ ਜੀਟਰ ਦੇ ਵਿੱਚ ਵੀ ਆਏ ਸੀਗੇ, ਹੈ ਨਾ ਜੀਟਰ ਦੇ ਇਹ ਸੇਮ, ਮਤਲਬ ਇਹ ਕੰਫਰਟੇਬਲ ਰਹਿੰਦਾ ਜੀ। ਇਹ ਕੰਪਨੀ ਵੱਲੋਂ ਹੀ ਆਏ ਸੀ ਮੈਕਸੀਮਮ ਫੁੱਲ ਤਵੀਆਂ ਤੇ ਲੋਡ ਤੇ 7 ਲੀਟਰ ਖਾਊਗਾ, ਫੁੱਲ ਲੋਡ ਤੇ ਘੰਟੇ ਦਾ ਜੀ, ਘੰਟੇ ਦਾ 7 ਲੀਟਰ। ਹਾਂ ਨਹੀਂ ਆਮ ਇਹ ਨੋਰਮਲ ਹੈ, ਜਿਵੇਂ ਆਪਾਂ 13 ਹਲਵਾਉਣੇ ਆ, ਹੋਰ ਨਿੱਕਾ ਮੋਟਾ ਕਰਨਾ, ਫਿਰ 5 5.5 ਲੀਟਰ 81 ਗਿਆ ਇੱਕੋ ਇੱਕ, ਹੈ ਨਾ। ਹਾਂਜੀ ਹਾਂਜੀ, ਇਹਦੇ ਵਿੱਚ ਹੁਣ ਫੋਰਡ 6600 ਆ ਗਿਆ। ਹਾਂਜੀ, ਇਹਦੇ ਵਿੱਚ ਨਾ ਜਿਵੇਂ ਸਾਰਿਆਂ ਨਾਲੋਂ ਵੱਖਰੀ ਚੀਜ਼ ਮੈਨੂੰ ਇਹ ਕਿਉਂ ਲੱਗਦੀ ਵੀ ਜਿਹੜੇ ਮੂਹਰੇ ਇਹਦੇ ਸ਼ੌਕਰ ਦਿੱਤੇ ਹੁੰਦੇ ਆ, ਜਿਵੇਂ ਟਰੈਕਟਰ ਦੇ ਜੀਟਰ ਦੇ ਵਿੱਚ ਵੀ ਆਏ ਸੀ, ਜੀਟਰ ਦੇ ਇਹ ਸੇਮ, ਮਤਲਬ ਇਹ ਕੰਫਰਟੇਬਲ ਰਹਿੰਦਾ ਜੀ। ਇਹ ਕੰਪਨੀ ਵੱਲੋਂ ਹੀ ਆਏ ਸੀ, ਇਹ ਜਿਹੜੇ ਸ਼ੌਕਰ ਹਨ ਮੈਂ ਆਪ ਫਿੱਟ ਕਰਵਾਏ ਸੀ। ਇਹਦੇ 'ਚ ਨਾ ਇੰਨਾ ਸਿਰਫ ਆਹ ਤਾਂ ਓਰਿਜਿਨਲ ਇਹਦਾ ਜੀ, ਆਹ ਜੀਟਰ 80 11 ਦਾ ਐਂ ਵਿੱਚ ਪੈ ਜਾਂਦਾ ਜੀ, ਅਤੇ ਹਿੱਸਾ ਬਣਿਆ ਬਣਾਇਆ ਤੁਸੀਂ ਪਾਤਾ? ਹਾਂ ਪਾਤਾ, ਸਾਡੇ ਕੋਲ 2 ਸੈੱਟ ਪਏ ਸੀਗੇ, ਉਹ ਵਿੱਚ ਪਾਤਾ। ਇਹ ਹੁਣ ਜੰਪ ਨਹੀਂ ਲੈਂਦਾ, ਐਂ ਜੰਪ ਲਈ ਜਾਂਦਾ, ਭੜਕਾਉਂਦਾ ਟਰੈਕਟਰ ਨਹੀਂ ਭੜਕਾਉਂਦਾ। ਠੀਕ ਹੈ ਜੀ, ਅਤੇ ਇਸ ਕਰਕੇ ਇਹ ਟਰੈਕਟਰ ਹਜੇ ਸਟੈਂਡਰਡ 'ਤੇ ਹੈ। ਇਹਦੀ ਵੀ ਕਰੈਂਕ ਸਟੈਂਡਰਡ 'ਤੇ? ਕਰੈਂਕ ਸਟੈਂਡਰਡ 'ਤੇ ਹੈ, ਖੁੱਲ੍ਹਿਆ ਨਹੀਂ ਜੀ। ਈਵਨ ਦੂਜਾ ਹਰ ਇੱਕ ਹੈੱਡ ਗੈਸਕਟ ਵੀ ਇਹਦੇ ਓਰਿਜਨਲ ਹੈ, ਓਰਿਜਨਲ ਹੈ, ਜਮੇ ਨਹੀਂ ਖੁੱਲ੍ਹੇ, ਬਹੁਤ ਘੱਟ ਖੁੱਲ੍ਹਦੇ ਆ। ਹਾਂ, ਅਤੇ ਆਹ ਜਿਵੇਂ ਆਹ ਲਾਈਟਾਂ ਨਾ, ਹਾਂਜੀ, ਇਹ ਓਰਿਜਨਲ ਇਹਦੀਆਂ ਹੈਗੀਆਂ ਇੰਗਲੈਂਡ ਦੀਆਂ ਬਣੀਆਂ ਚਾਰੇ, ਇਹ ਇਹਦੇ ਨਾਲ ਦੀਆਂ ਹੀ ਮਾਡਲ ਦੇ ਕਿ ਬਾਅਦ ਵਿੱਚ? ਇਹਦੇ ਨਾਲ ਦੀਆਂ ਓਰਿਜਨਲ ਆਈਆਂ ਜੀ। ਅਤੇ ਇਹਦੇ ਟਾਇਰ ਦਾ ਜਿਹੜਾ ਸਾਈਜ਼ ਹੈ, ਇੰਨੇ ਦੇ ਆਉਂਦੇ ਸੀਗੇ ਟਾਇਰ? ਇਹ ਇਹਦੇ 2 ਮਤਲਬ ਸਾਈਜ਼ ਦੇ ਟਾਇਰ ਪੈ ਜਾਂਦੇ ਆ ਜੀ, ਇੱਕ ਤਾਂ 30 ਸਾਈਜ਼ ਦਾ ਟਾਇਰ ਪੈ ਜਾਂਦਾ ਜੀ, 18 4 30। ਹਾਂਜੀ, ਉਹਦੇ ਓਰਿਜਨਲ ਜਿਹੜੇ ਰਿਮ ਆਏ ਸੀਗੇ, ਹਾਂਜੀ, ਉਹ 18 4 30 ਦੇ ਆਏ ਸੀ ਸਾਡੇ ਨਾਲ। ਸਾਡੇ ਕੋਲ ਇੱਕ ਇਹਨਾਂ ਦੇ ਕੁਛ ਟਰੈਕਟਰਾਂ ਦੇ ਨਾਲ 18 4 34 ਦੇ ਵੀ ਰਿਮ ਆਏ ਹੈ, ਕੁਛ ਕੁ ਟਰੈਕਟਰਾਂ ਦੇ। ਹਾਂ ਜੀ, ਇਹ ਹੁਣ ਰੇਡੀਅਲ ਟਾਇਰ ਪਾਏ ਆ 18 4 34 ਦੇ, ਵਿਦਆਊਟ ਤੁਹਾਡੇ ਉਹਦੇ ਤੋਂ ਟਿਊਬਲੈਸ ਟਾਇਰ ਹੈ, ਟਿਊਬਲੈਸ ਆ ਜਿਵੇਂ ਅੱਜ ਪਾਉਂਦੇ ਆ। ਹਾਂ ਬਿਲਕੁਲ, ਅਤੇ ਇਹਦੇ ਰਿਮ ਵਗੈਰਾ ਨਾਲ ਦੀ ਰਿਮ ਓਰਿਜਨਲ ਇੰਗਲੈਂਡ ਦੇ ਬਣੇ ਜੀ ਜੀ। ਅਤੇ ਆਹ ਵੀ ਦੇਖੀਏ ਨਾ, ਕਾਫੀ ਗੇਅਰ ਆ ਸਾਡੀ ਜਿਹੜੀ ਬਾਅਦ ਵੱਡੀ ਲੰਮੀ ਹੁੰਦੀ ਹੈ। ਇਹਦਾ ਜਿਹੜਾ ਹਿੱਸਾ ਨਾ ਜੀ, ਫੋਰਡ ਟਰੈਕਟਰ ਦਾ ਹਿੱਸਾ, ਤੁਸੀਂ ਸਾਰੀ ਉਮਰ ਵਾਹੀ ਜਾਓ ਨਾ, ਜੱਟ ਨੇ ਵਾਹੁਣਾ ਹੋਵੇ ਸਾਰੀ ਉਮਰ ਨਹੀਂ ਖਰਾਬ ਹੁੰਦਾ। ਬਿਲਕੁਲ, ਇੱਕ ਨਾ ਇਹਨਾਂ ਦੇ ਵਿੱਚ ਜਿਹੜੀ ਪੀਟੀ ਆਉਂਦੀ ਸੀਗੀ ਜੀ, ਉਹ ਹਾਈਡ੍ਰੋਲਿਕ ਪੀਟੀ ਆਉਂਦੀ, ਇਹ ਇਹਦੇ ਹੁਣ ਵੀ ਹਾਈਡ੍ਰੋਲਿਕ ਪੀਟੀ ਹੈ। ਅੱਛਾ, ਕੰਮ ਕਰਦੀ ਹੈ ਸਾਰਾ, 16 ਆਨੇ ਕੰਮ ਕਰਦੀ ਹੈ ਜੀ। ਉਹ ਬੈਟਰੀ ਉਹਦੇ ਮੈਸੇਜ ਰੱਖ ਛੱਡੀ ਹੈ ਜੀ, ਅਤੇ ਇਹ ਹਾਈਡ੍ਰੋਲਿਕ ਪੀਟੀ ਉਹ ਬਹੁਤ ਵਧੀਆ ਹੈ ਜੀ। ਹੋ ਸਕਦਾ ਵੀ ਜ਼ਿਆਦਾ ਹੈਵੀ ਕੰਮ ਕਰੀ ਜਾਈਏ, ਜਿਵੇਂ ਆਪਾਂ ਤੁਹਾਡਾ ਕੀ ਚਲਾਉਂਦੇ ਹਾਂ ਰੋਟਾਵੇਟਰ, ਹਾਂਜੀ, ਹੋ ਸਕਦਾ ਕਦੇ ਕੋਈ 5 10 ਸਾਲਾਂ 'ਚ ਖਰਾਬ ਹੋ ਜੀ ਜੀ, ਪਰ ਇਹ ਓਰਿਜਨਲ ਹੈ, ਜਿਵੇਂ 79 ਮਾਡਲ ਹੈ ਜੀ, ਇਹਦੀ ਪੀਟੀਓ ਚੱਲਦੀ ਆ, ਹੁਣ ਵੀ ਚਲਾਉਂਦੇ ਹੈ। ਇਹ ਨਾਲ ਐਕਸਟਰਾ ਹਾਈਡ੍ਰੋਲਿਕ ਬਾਹਰ ਜਿਹੜੇ ਤਵੀਆਂ ਚੱਕਣੀਆਂ, ਤਵੀਆਂ ਤਾਂ ਚੱਕਣੀਆਂ ਜਿਹੜੀਆਂ ਵਾਹੁੰਦੇ ਰਹੇ ਹਾਂ ਅਸੀਂ ਜੀ ਜੀ, ਫਿਰ ਜਾਂ ਜਿਵੇਂ ਤੁਹਾਡੀ ਟਰਾਲੀ ਲਿਫਟ ਕਰਦੇ ਹੈ ਜੀ, ਉਸ ਵਾਸਤੇ ਆ ਪੰਪ ਡਿਸਟ੍ਰੀਬਿਊਟਰ। ਇਹ ਵੀ ਡਬਲ ਵਿੱਚ ਆਇਆ ਜੀ? ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਜੀ, ਇਹ 2 ਲੀਵਰ ਹੈ, ਹਾਂਜੀ, ਇੱਕ ਇੱਕ ਨੂੰ ਚੱਕਦਾ, ਇਹਨੂੰ ਐਂ ਕਰੋਗੇ ਤਾਂ ਚੱਕੂਗਾ ਜੀ, ਜਾਂ ਐਂ ਕਰੇਗਾ ਥੱਲੇ ਦੂਸਰੀ ਸਾਈਡ ਕਰ ਦੇਗਾ, ਆਹ ਇੱਕ ਪਾਸੇ ਦਾ, ਆਹ ਦੂਜੇ ਪਾਸੇ ਦਾ, ਇਹ ਅੱਡ ਅੱਡ ਡਬਲ ਅੱਡ ਅੱਡ। ਮੇਨ ਲਿਫਟ ਆਪਣੀ ਉਹ ਆ ਗਈ, ਮੇਨ ਲਿਫਟ ਉਹ ਹੈ ਸਿੰਗਲ ਲੀਵਰ ਵਾਲੀ, ਸਿੰਗਲ ਲੀਵਰ ਵਾਲੀ। ਹਾਂ, ਇਹਦੇ ਜਿਹੜਾ ਦੂਜਾ ਸਿਸਟਮ ਹੈ ਜੀ, ਆਹ ਇਹਦੇ ਆਹ ਦੂਜਾ ਹੈਗਾ, ਇਹਨੂੰ ਤਾਂ ਚੱਕ ਦਿਓ ਜੀ, ਆਹ ਲੀਵਰ ਨੂੰ ਐਂ ਤਾਂ ਚੱਕਿਆ ਜਾਂਦਾ ਇਸ ਜੀ, ਇਹ ਤਾਂ ਚੱਕ ਦਿਓ, ਲਿਫਟ ਨੂੰ ਜਿੱਥੇ ਮਰਜ਼ੀ ਖੜਾ ਲਓ ਉੱਥੇ ਖੜ ਜਾ, ਉੱਥੇ ਖੜ ਜਾਂਦੀ ਹੈ, ਇੰਨੀ ਕੁ ਚੱਕੋਗੇ ਇੰਨੀ ਚੱਕ ਦੂਗਾ, ਜੇ ਜ਼ਿਆਦਾ ਚੱਕੋਗੇ ਜ਼ਿਆਦਾ ਚੱਕ ਦੂਗਾ ਜੀ। ਇਹ ਜਿਹੜਾ ਹੈਗਾ ਇੱਥੇ ਪੋਜੀਸ਼ਨ 'ਤੇ, ਇਹ ਵਾਹੁਣ ਵਾਲੀ ਪੋਜੀਸ਼ਨ ਹੈ ਜੀ, ਇਹਨੇ ਇੱਥੇ ਆ ਕੇ ਵਾਹੁਣ ਦਾ ਕੰਮ ਕਰ ਲੈਣਾ, ਇੱਥੇ ਇੱਥੇ ਚੱਕ ਦੇਣਾ, ਚੱਕ ਦੇਣਾ ਜੀ, ਮਤਲਬ ਕੰਟਰੋਲ ਹੈ ਵੀ ਲਿਫਟ ਖੋਲ੍ਹੇ ਜੀ। ਇਹਦੇ ਆਇਲ ਮਸਟ ਬ੍ਰੇਕ ਹੈ, ਇਹਦੇ ਜਿਹੜੇ 79 ਮਾਡਲ 79 ਮਾਡਲ, ਹਾਂ ਹਾਂ 79, ਜਿੰਨੇ ਵੀ ਟਰੈਕਟਰ ਆਏ ਆ ਨਾ 4000 ਮਾਡਲ ਤੋਂ ਬਾਅਦ ਜੀ, ਪਲਾਂ ਤਾਂ ਉਹ ਹੈਗੇ ਜੀ 64 ਮਾਡਲ ਦੇ ਪਲਾਂ ਹੈਗੇ, ਉਹ 62 ਮਾਡਲ ਜੀ, ਸਾਰਿਆਂ ਦੇ ਆਇਲ ਮਸਟ ਬ੍ਰੇਕ ਆਏ ਆ, ਤੇਲ ਵਾਲੇ ਬ੍ਰੇਕ ਆਏ, ਤੇਲ ਵਾਲੇ ਬ੍ਰੇਕ, ਹਾਂਜੀ ਹਾਂਜੀ ਹਾਂਜੀ। ਅਤੇ ਇਹਦੇ ਜਿਹੜਾ ਸਿਸਟਮ ਆ, ਆਹ ਪੰਪ ਇਹਦੇ ਸਿਮਸ ਦਾ ਲੱਗਿਆ, ਸਿਮਸ ਦਾ ਪੰਪ, ਓਰਿਜਨਲ ਪੰਪ ਹੈ, ਬਹੁਤ ਵਧੀਆ ਇਕਨੋਮੀਕਲ ਹੈ, ਤੇਲ ਘੱਟ ਖਾਂਦਾ ਇਹ ਜੀ, 5.5 ਅਤੇ ਮੈਕਸੀਮਮ ਫੁੱਲ ਤਵੀਆਂ 'ਤੇ ਲੋਡ 'ਤੇ 7 ਲੀਟਰ ਖਾਊਗਾ, ਫੁੱਲ ਲੋਡ 'ਤੇ ਘੰਟੇ ਦਾ ਜੀ, ਘੰਟੇ ਦਾ 7 ਲੀਟਰ। ਹਾਂ ਨਹੀਂ ਆਮ ਇਹ ਨੋਰਮਲ ਹੈ, ਜਿਵੇਂ ਆਪਾਂ 13 ਹਲਵਾਉਣੇ ਆ, ਹੋਰ ਨਿੱਕਾ ਮੋਟਾ ਕਰਨਾ, ਫਿਰ 5 5.5 4। ਬਿਲਕੁਲ, ਇਹ ਆ ਜਾਂਦਾ ਕਿੰਨੇ ਕੁ HP ਦਾ ਟਰੈਕਟਰ ਆ ਇਹ? ਇਹ ਹੈਗਾ ਜੀ
75 HP 75 HP ਦਾ ਟਰੈਕਟਰ 75 HP ਆਖਣ ਨੂੰ ਤਾਂ ਅਗਲਾ ਕੁਝ ਕਹਿੰਦਾ ਜੇ ਟਰਬੋ ਲਾ ਦਈਏ ਫਿਰ ਤਾਂ ਜ਼ਿਆਦਾ ਹੋ ਜਾਂਦਾ ਇਹਦੀ ਸੀਟ ਵਗੈਰਾ ਫਿਰ ਗੱਦੀ ਲੱਗੀ ਹੁੰਦੀ ਜਿਹੜੇ ਬੇਸੀ ਇਹਦੇ ਤੇ ਸੀਟ ਲੱਗੀ ਇਹ ਸੀਟ ਵੀ ਇੰਪੋਰਟਡ ਇੰਗਲੈਂਡ ਦੀ ਬਣੀ ਹੈ ਜੀ ਹਾਂਜੀ ਇਹਦੇ ਆ ਬੈਟਰੀਆਂ ਬੂਟਰੀਆਂ ਲੋਕਾਂ ਨੇ ਤਾਂ ਬਾਹਰ ਕੱਢ ਲੈਂਦੇ ਆ ਨਾ ਹਾਂਜੀ ਹਾਂਜੀ ਅਸੀਂ ਕੋਈ ਚੀਜ਼ ਇਹਨੂੰ ਛੇੜੀ ਨਹੀਂ ਉੱਤੇ ਹੀ ਬੈਟਰੀ ਆ ਜਿਵੇਂ 3000 ਦੀ ਵੀ ਆਉਂਦੀ 3600 ਦੀ ਵਗੈਰਾ ਵੀ ਆਉਂਦੀ ਆ ਓਰੀਜਨਲ ਆ ਨਾਲ ਦੀ ਹਾਂ ਉਹਦੇ ਵੀ ਟਰੈਕਟਰ ਦੇ ਮਾਡਲ ਵਗੈਰਾ ਲਿਖੇ ਉੱਤੇ ਵੇਖ ਲਿਆ ਸੀ ਹਾਂਜੀ 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 ਹਾਂ ਇਹ ਨਾਲ ਦੀ ਹੈ ਬਿਲਕੁਲ ਤੇ ਬਾਕੀ ਤਾਂ ਜਿਵੇਂ ਆ ਦੇਖੋ ਆ ਇਹਦੇ ਤੇ ਆ ਓਰੀਜਨਲ ਸਟicker ਵੀ ਲੱਗਿਆ ਮੇਡ ਇਨ ਇੰਗਲੈਂਡ ਜੀ ਉਹ ਸਾਹਮਣੇ ਬਿਲਕੁਲ ਤੇ ਇਹ ਵਧੀਆ ਗੱਲ ਲੱਗੀ ਜਿਵੇਂ ਨਾ ਤੁਸੀਂ ਮਤਲਬ ਓਰੀਜਨਲ ਜਾਂ ਉਵੇਂ ਲੁੱਕ ਰੱਖੇ ਕਿ ਹੁਣ ਮਤਲਬ ਲੈ ਕੇ ਮੋਡੀਫਾਈ ਕਰਵਾਤਾ ਹੈ ਨਾ ਆ ਵੇਟ ਜਿਹੜਾ ਆ ਇਹਦੇ ਲਾਏ ਹੈ ਜੀ ਇਹ 50-50 ਕਿਲੋ ਦੇ ਹੈ ਸਾਰੇ 50-50 ਕਿਲੋ ਦੇ ਵੇਟ ਹਾਂ 8 ਲੱਖ ਸਕਦੇ ਆ 10 ਲੱਖ ਸਕਦੇ ਪਰ ਜੀ ਜੀ ਇਹਦੇ ਨਾਲ ਦੇ ਤਾਂ ਨਹੀਂ ਨਹੀਂ ਇਹ ਹੈਗੇ ਔਰ ਫੋਰਚਰਸ ਟਰੈਕਟਰ ਦੇ ਅੱਛਾ ਅੱਛਾ GDRC ਜਿਹੜਾ ਜੀ ਜੀ ਉਹਦੇ ਹੈ ਉਹਦੇ ਆ ਇਹਦੇ ਬਾਕੀ ਸਾਰਾ ਮਗਰਲਾ ਸਿਸਟਮ ਓਰੀਜਨਲ ਹੈ ਕੋਈ ਚੀਜ਼ ਅਸੀਂ ਇਹਦੀ ਚੇਂਜ ਨਹੀਂ ਕੀਤੀ ਜੀ ਸਲੰਸਰ ਜ਼ਰੂਰ ਇਹਦੇ ਦੂਜਾ ਸੀ ਓਰੀਜਨਲ ਉਹ ਕਿਸੇ ਉਹ ਨਹੀਂ ਐਡਾ ਸੋਹਣਾ ਲੱਗਦਾ ਜੀ ਆਮ ਟਰੈਕਟਰ ਦਾ ਲਾਤਾ ਆਮ ਟਰੈਕਟਰ ਦਾ ਲਾਤਾ ਇਹਦੇ ਸਲੈਂਸਰ ਦਾ ਥੋੜ੍ਹਾ ਹੋਰ ਹਿਸਾਬ ਹਾਂ ਹਾਂ ਬਿਲਕੁਲ ਅਤੇ ਇਹਦੇ ਮੀਟਰ ਵਗੈਰਾ ਉਵੇਂ ਹੀ ਪਏ ਆ ਨਾਲ ਦੇ ਜੀ ਮੀਟਰ ਇਹਦੇ ਹੈ ਨਾਲ ਦੇ ਪਰ ਜਿੱਦਾਂ ਹੁਣ ਚੱਲਦੇ ਸੀਗੇ ਹਾਂਜੀ ਅਤੇ ਹੁਣ ਥੋੜ੍ਹਾ ਖਿਆਲ ਘੱਟ ਗਿਆ ਹੁਣ ਥੋੜ੍ਹਾ ਇਹਦੇ ਨਾ ਟੈਂਕੀ ਮੀਟਰ ਨਹੀਂ ਸਹੀ ਕੰਮ ਕਰਦਾ ਠੀਕ ਹੈ ਇਹ ਵੀ ਸਾਰਾ ਓਰੀਜਨਲ ਜਿਵੇਂ ਹੁੱਕ ਵਗੈਰਾ ਪਈ ਇਹਦੀ ਜਿਹੜੀ ਨਾਲ ਦੀ ਹੈ ਜੀ ਆ ਹੁੱਕ ਬਣਾਈ ਹੈ ਅੱਛਾ ਬਣਾਈ ਹੋਈ ਹੈ ਜੀ ਹਾਂ ਇਹ ਬਣਾਈ ਹੈ ਵੈਸੇ ਓਰੀਜਨਲ ਇਹਨਾਂ ਟਰੈਕਟਰਾਂ ਦੇ ਮਗਰ ਕਿਸੇ ਦੇ ਮਗਰ ਓਰੀਜਨਲ ਹੁੱਕ ਆਈ ਨਹੀਂ ਆਈ ਨਹੀਂ ਆ ਲਿੰਕਾਂ ਲੁੰਕਾਂ ਦਾ ਓਰੀਜਨਲ ਹੈ ਜੀ 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 ਹੁੱਕ ਕਿਸੇ ਟਰੈਕਟਰ ਦੇ ਮਗਰ ਓਰੀਜਨਲ ਨਹੀਂ ਆਈ ਉਹਦੇ ਤਾਂ ਓਰੀਜਨਲ ਆ ਨਾ ਜੀ ਇਹਦੇ ਨਾ ਕੰਪਨੀ ਵੱਲੋਂ ਨਹੀਂ ਆਈ ਇੱਕ ਆਹ ਚੀਜ਼ ਵੀ ਫੋਰਡ ਦੇ ਲਿਖੀ ਆਉਂਦੀ ਨਾਲ ਜੀ ਨਹੀਂ ਇਹ ਤਾਂ ਬਾਅਦ ਚ ਇਹ ਤਾਂ ਬਾਅਦ ਦੇ ਵਿੱਚ ਲੱਗੀ ਝੂਠ ਮਾਰ ਗਈ ਆ ਲਾਈਟਾਂ ਸਾਰੀਆਂ ਓਰੀਜਨਲ ਓਰੀਜਨਲ ਆ ਜੀ ਹੁਣ ਕੀ ਇੰਗਲੈਂਡ ਦੀਆਂ ਬਣੀ ਜੀ ਇਹਦੇ ਇੱਥੇ ਇਹਦੇ ਜਿਹੜੇ ਹੈਗਾ ਆ ਤੁਹਾਡਾ ਇੱਥੋਂ ਪੈ ਜਾਂਦਾ ਗਰੀਸ ਗਰੀਸ ਇਹ ਇੱਥੇ ਹੈਗਾ ਦੂਜਾ ਜਿਹੜਾ ਤੁਹਾਡਾ ਲਿਫਟ ਨੂੰ ਆਸਾ ਇਹਨੂੰ ਕਲੱਚ ਪਲੇਟ ਨੂੰ ਬੇਰਿੰਗ ਹੁੰਦਾ ਨਾ ਬੇਰਿੰਗ ਜੀ ਕਲੱਚ ਬੇਰਿੰਗ ਨੂੰ ਗਰੀਸ ਜਾਂਦਾ ਇੱਥੇ ਠੀਕ ਹੈ ਜੀ ਸੈਲਫ ਵੀ ਨਾਲ ਦੀ ਇੱਥੇ ਨਾਲ ਦੀ ਇੰਗਲੈਂਡ ਦੀ ਬਣੀ 1979 ਇੱਥੇ ਲਿਖਿਆ ਇੰਗਲੈਂਡ ਦੀ ਬਣੀ ਹੈਗੀ ਨਹੀਂ ਕਈ ਵਾਰੀ ਆਪਾਂ ਦੇਖਦੇ ਹਾਂ ਸੈਲਫਾਂ ਵਗੈਰਾ ਚੇਂਜ ਹੁੰਦੀਆਂ ਆਲਟੀਨੇਟਰ ਵਗੈਰਾ ਚੇਂਜ ਹੋ ਜਾਂਦੇ ਆ ਜੀ ਆ ਈਵਨ ਇਹਦੇ ਜਿਹੜੇ ਹੌਸ ਪਾਈਪਾਂ ਵੀ ਆ ਨਾ ਜੀ ਹੇਠਲੀਆਂ ਉਤਲੀਆਂ ਹੌਸ ਪਾਈਪਾਂ ਸਾਰੀਆਂ ਓਰੀਜਨਲ ਆ ਇੱਥੇ ਆ ਟਰੈਕਟਰਾਂ ਦੇ ਓਰੀਜਨਲ ਹੀ ਇਹ ਆਏ ਆ ਤੇਲ ਖੁੱਲ ਆ ਖੁੱਲ੍ਹ ਕੇ ਇੱਥੋਂ ਤੇਲ ਪੈਂਦਾ ਬਿਲਕੁਲ ਜੀ ਆ ਵੀ ਨਾਲ ਜਿਵੇਂ ਲੱਗਿਆ ਸੇਫਟੀ ਵਾਸਤੇ ਰੇਡੀਏਟਰ ਇਕੱਲੀ ਇਕੱਲੀ ਚੀਜ਼ ਨਾਲ ਦੀ ਓਰੀ ਰੇਡੀ ਈਵਨ ਰੇਡੀਏਟਰ ਵੀ ਓਰੀਜਨਲ ਹੈ ਇਹਦਾ ਨਾਲ ਦੀ ਹਾਂ ਬਿਲਕੁਲ ਸੋ ਬਾਕੀ ਉਹਦੇ ਹੈਂਡ ਬ੍ਰੇਕ ਆ ਉਹ ਤਾਂ ਹਾਂ ਉਹਦਾ ਬਾਕੀ ਤਾਂ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਕਰਦੀ ਥੈਂਕ ਯੂ ਅਤੇ ਮਿੱਤਰੋ ਬਾਕੀ ਤੁਹਾਨੂੰ ਦਿਖਾਇਆ ਟਰੈਕਟਰ ਦੱਸਿਓ ਹੋਣਾ ਅਤੇ ਜਿਹੜਾ ਜੀਟਰ ਆ 8111 ਇੱਕੋ ਇੱਕ ਟਰੈਕਟਰ ਆ ਇਹਦਾ 100% ਇੱਕ ਹੈ ਇੱਕ ਆ ਜੀ ਹੈ ਨਾ ਇਹ ਤੁਸੀਂ ਇਹਦੀ ਨੌਲੇਜ ਲੈਣ ਵਾਸਤੇ ਵੀ ਤੁਸੀਂ ਕੁਛ ਇਨਕੁਆਇਰੀ ਹੋ ਮੈਨੂੰ ਵੀ ਨੌਲੇਜ ਮਿਲ ਜੂਗੀ ਜੇ ਹੋਰ ਹੋਇਆ ਤਾਂ ਪਰ ਮੈਨੂੰ ਨਹੀਂ ਲੱਗਦਾ ਹੋਰ ਹੋਊਗਾ ਨਹੀਂ ਮੈਂ ਦੇਖਿਆ ਈਵਨ ਦੋ ਟਰੈਕਟਰ ਜਿਹੜੇ ਸੀਗੇ ਆਪਣੇ ਕੋਲ ਸੀਗੇ ਫੋਰਚਰਸਟ ਹਾਂਜੀ ਉਹ ਦੋ ਸੀ ਇੱਕ 2-wheel ਸੀ ਇੱਕ 4-wheel ਸੀਗਾ ਜੀ ਹੁਣ ਇੱਕ ਤਾਂ ਜਿਹੜਾ 4-wheel ਸੀ ਤਾਂ ਉਹਨਾਂ ਨੇ ਬੰਦਿਆਂ ਨੇ ਜਿਹੜੇ ਮੇਰੇ ਲਿਆਜ ਵਾਲਾ ਬੰਦਾ ਲੈ ਗਿਆ ਸੀਗਾ ਮੇਜਰ ਮਾਨ ਦਾ ਲੜਕਾ ਲੈ ਗਿਆ ਸੀਗਾ ਅਤੇ ਉਹਨੇ ਮੁੜ ਕੇ ਉਹਨਾਂ ਦਾ ਡਿਸਪਿਊਟ ਪੈ ਗਿਆ ਜਿਹਦੇ ਨਾਲ ਉਹਨਾਂ ਨੇ ਦਰਿਆ ਦੀ ਜ਼ਮੀਨ ਲਈ ਸੀ ਇਹਦੇ 'ਤੇ ਲੀਜ਼ 'ਤੇ ਉਹਨੇ ਕੁਆੜੀਆਂ ਨੂੰ ਵੇਚਤਾ ਉਹਨਾਂ ਕੁਆੜੀਆਂ ਨੇ ਖਿਲਾਰਤਾ ਹੁਣ ਇੱਕ ਟਰੈਕਟਰ ਹੈਗਾ 4-2-wheel ਜਿਹੜਾ ਬਠਿੰਡੇ ਇਲਾਕੇ 'ਚ ਉਹਨਾਂ ਨੇ 8-9 lakh ਦਾ ਉੱਥੋਂ ਲਿਆ ਸੀ ਅਸੀਂ ਵੇਚਿਆ ਸੀ 2.5 lakh ਦਾ 2.5 lakh ਠੀਕ ਹੈ ਉਹ ਅਸੀਂ 4-wheel ਲਿਆਂਦਾ ਵੀ ਐਵੇਂ ਟਰੈਕਟਰ ਖੜ੍ਹੇ ਵੀ ਬਾਹਲੇ ਕਰਨੇ ਕਿ ਇੱਕ ਸਿੰਪਲ ਵਾਲਾ ਤਾਂ ਇੱਕ ਟਰੈਕਟਰ ਹੀ ਇੱਕ ਹੀ ਵਧੀਆ ਹੁੰਦਾ ਇੱਕ ਹੀ ਵਧੀਆ ਹੁੰਦਾ ਬਿਲਕੁਲ ਹਾਂ ਉਹਦਾ ਜਿਹੜਾ ਸਿਸਟਮ ਸੀਗਾ 4-wheel ਦਾ ਹਾਂਜੀ ਉਹ ਤੁਹਾਡੇ ਹਵਾ ਨਾਲ ਚੱਲਦਾ ਸੀ ਸਿਸਟਮ ਪ੍ਰੈਸ਼ਰ ਵਾਲਾ ਸੀ ਹਵਾ ਉਹਦੇ ਐਂ ਕਰ ਦਿਓਗੇ ਬਟਨ ਅਪ ਹਵਾ ਨਾਲ ਉਹਨੇ 4-wheel ਲੱਗ ਜਾਣਾ ਡਿਸਇੰਗੇਜ ਹੋ ਜਾਣਾ ਉਹ ਸਿਸਟਮ ਇਹੋ ਜਿਹਾ ਸੀ ਉਹਦੇ ਜੀ ਹਾਂ ਬਾਕੀ ਥੋੜ੍ਹੀ ਜਿਹੀ ਨਾ ਵਾਈਬ੍ਰੇਸ਼ਨ ਵੱਡਾ ਸੀ ਪਿਸਟਨ ਬੜੇ ਵੱਡੇ ਸੀਗੇ ਅਤੇ ਵਾਈਬ੍ਰੇਟ ਜ਼ਿਆਦਾ ਕਰਦਾ ਸੀਗਾ ਸਲੋ 'ਚ ਉਹ ਟਰੈਕਟਰ ਦੀ ਸ਼ਕਲ ਵੇਖੀ ਹੈ ਬਿਲਕੁਲ ਜੀ ਹਾਂਜੀ ਅਤੇ ਠੀਕ ਹੈ ਮਿੱਤਰੋ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ